أعوذ بالله من الشيطان الرجيم. بسم الله الرحمن الرحيم. الف لام ميم. بلا لوکاں نے جاتا ہے پئی چھٹ جان گے اتنا آکھن نال پئی اسا منیا ہے تے او آزمائے نہ جان گے تے ضرور اسا آزمائے سن جڑے پہلے سنے نہ دے سو ضرور معلوم کرنے نے اللہ نے جنہ سچ آکھیا تے ضرور معلوم کرنے نے جھوٹے بھی ਭਲਾ ਗੁਮਾਨ ਕਰ ਬੈਠੇ ਨੇ ਜਿਹੜੇ ਕਰਦੇ ਨੇ ਬੁਰਿਆਈਆਂ ਜੋ ਸਾਡੇ ਹੱਥੋਂ ਨਿਕਲ ਜਾਣਗੇ ਕਿਆ ਗਲਤ ਹੈ ਜੋ ਹੁਕਮ ਲਾ ਰਹੇ ਨੇ ਜਿਹੜਾ ਉਮੀਦ ਰੱਖਦਾ ਹੈ ਅੱਲਾ ਦੇ ਮਿਲਣੇ ਦੀ ਸੋ ਵਾਅਦਾ ਅੱਲਾ ਦਾ ਜ਼ਰੂਰ ਆਉਣਾ ਹੈ ਅਤੇ ਉਹ ਹੀ ਹੈ ਸੁਣਦਾ ਜਾਣਦਾ ਅਤੇ ਜਿਨ ਮਿਹਨਤ ਕੀਤੀ ਸੋ ਮਿਹਨਤ ਕਰਦਾ ਨਿਰਾ ਆਪਣੀ ਜਾਣ ਲਈ ਅੱਲਾ ਜ਼ਰੂਰ ਬੇਪਰਵਾਹ ਹੈ ਸਾਰੇ ਜੱਗ ਤੋਂ ਅਤੇ ਜਿਨ੍ਹਾਂ ਮੰਨਿਆ ਅਤੇ ਕੀਤੀਆਂ ਭਲਿਆਈਆਂ ਅਸੀਂ ਜ਼ਰੂਰ ਉਤਾਰ ਦਿਆਂਗੇ ਉਹਨਾਂ ਤੋਂ ਬੁਰਿਆਈਆਂ ਉਹਨਾਂ ਦੀਆਂ ਅਤੇ ਜ਼ਰੂਰ ਅਸੀਂ ਬਦਲਾ ਦੇਵਾਂਗੇ ਨੇਕੀ ਦਾ ਉਹਨਾਂ ਕੰਮਾਂ ਵਿੱਚੋਂ ਜੋ ਕਰਦੇ ਸਨ ਅਤੇ ਤਾਕੀਦ ਕੀਤੀ ਅਸਾਂ ਆਦਮੀ ਨੂੰ ਆਪਣੇ ਜਾਣਦਿਆਂ ਨਾਲ ਭਲਿਆਈ ਕਰਨ ਦੀ ਅਤੇ ਜੇ ਜ਼ੋਰ ਕਰਨ ਤੇਰੇ ਉੱਤੇ ਤਾਂ ਤੂੰ ਸ਼ਰੀਕ ਬਣਾਵੇਂ ਮੇਰਾ ਉਸ ਨੂੰ ਜਿਸ ਦੇ ਸ਼ਰੀਕ ਹੋਣੇ ਦੀ ਤੈਨੂੰ ਖਬਰ ਨਹੀਂ ਤਾਂ ਆਖੇ ਨਾ ਲੱਗੀ ਉਹਨਾਂ ਦੇ ਮੇਰੇ ਹੀ ਵੱਲ ਮੁੜ ਕੇ ਆਉਣਾ ਤੁਸਾਂ ਦਾ ਫਿਰ ਮੈਂ ਦੱਸਾਂਗਾ ਤੁਹਾਨੂੰ ਜੋ ਕਰਦੇ ਸਾਂ ਅਤੇ ਜਿਨ੍ਹਾਂ ਮੰਨਿਆ ਅਤੇ ਕੀਤੀਆਂ ਭਲਿਆਈਆਂ ਅਸੀਂ ਜ਼ਰੂਰ ਦਾਖਲ ਕਰ ਦਿਆਂਗੇ ਉਹਨਾਂ ਨੂੰ ਭਲਿਆਂ ਲੋਕਾਂ ਵਿੱਚ ਅਤੇ ਆਦਮੀਆਂ ਵਿੱਚੋਂ ਇਹ ਜਿਹੜਾ ਆਖਦਾ ਹੈ ਅਸਾਂ ਮੰਨਿਆ ਅੱਲਾ ਨੂੰ ਫਿਰ ਜਦ ਦੁੱਖ ਮਿਲਦਾ ਸੀ ਅੱਲਾ ਵਾਸਤੇ ਠਹਿਰਾਉਂਦਾ ਲੋਕਾਂ ਦੇ ਸਤਾਣੇ ਨੂੰ ਬਰਾਬਰ ਅੱਲਾ ਦੇ ਅਜ਼ਾਬ ਦੇ ਅਤੇ ਜੇ ਆ ਪਹੁੰਚੇ ਮਦਦ ਤੇਰੇ ਰੱਬ ਵੱਲੋਂ ਤਾਂ ਆਖਦਾ ਅਸੀਂ ਜ਼ਰੂਰ ਤੁਸਾਂ ਦੇ ਨਾਲ ਦੇ ਸਾਂ ਭਲਾ ਤਾਂ ਅੱਲਾ ਨਹੀਂ ਖੂਬ ਜਾਣਦਾ ਜੋ ਸਾਰੇ ਜੱਗ ਦੇ ਸੀਨਿਆਂ ਵਿੱਚ ਹੈ ਅਤੇ ਜ਼ਰੂਰ ਮਾਲੂਮ ਕਰ ਲੈਣੇ ਨੇ ਅੱਲਾ ਨੇ ਜਿੰਨਾ ਮੰਨਿਆ ਅਤੇ ਜ਼ਰੂਰ ਮਾਲੂਮ ਕਰ ਲੈਣੇ ਨੇ ਦੋ ਰੰਗੇ ਆਖਿਆ ਬੇਈਮਾਨਾਂ ਨੇ ਇਮਾਨਦਾਰਾਂ ਨੂੰ ਤੁਸੀਂ ਤੁਰੋ ਸਾਡੇ ਰਾਹ ਅਤੇ ਅਸੀਂ ਚੁੱਕ ਲਾਂਗੇ ਗੁਨਾਹ ਤੁਹਾਡੇ ਅਤੇ ਨਹੀਂ ਉਹਨਾਂ ਚੁੱਕਣਾ ਉਹਨਾਂ ਦੇ ਗੁਨਾਹਾਂ ਵਿੱਚੋਂ ਇੱਕ ਜ਼ਰਾ ਵੀ ਉਹ ਜ਼ਰੂਰ ਝੂਠੇ ਨੇ ਅਤੇ ਜ਼ਰੂਰ ਚੁੱਕਣਗੇ ਭਾਰ ਆਪਣੇ ਅਤੇ ਹੋਰ ਭਾਰ ਵੀ ਨਾਲ ਆਪਣੇ ਭਾਰਾਂ ਦੇ ਅਤੇ ਜ਼ਰੂਰ ਪੁੱਛਿਆ ਜਾਏਗਾ ਦਿਨ ਕਿਆਮਤ ਦੇ ਜੋ ਝੂਠ ਜੋੜਦੇ ਸਨ ਅਤੇ ਜ਼ਰੂਰ ਭੇਜਿਆ ਅਸਾਂ ਨੂੰਹ ਨੂੰ ਉਹਦੀ ਕੌਮ ਵੱਲ ਫਿਰ ਰਿਹਾ ਉਹਨਾਂ ਵਿੱਚ ਹਜ਼ਾਰ ਤੋਂ 50 ਵਰੇ ਘੱਟ ਫਿਰ ਫੜਿਆ ਉਹਨਾਂ ਨੂੰ ਹਾੜ ਨੇ ਅਤੇ ਉਹ ਜ਼ਾਲਮ ਸਨ ਫਿਰ ਬਚਾ ਦਿੱਤਾ ਅਸਾਂ ਉਹਨੂੰ ਅਤੇ ਬੇੜੀ ਵਾਲਿਆਂ ਨੂੰ ਅਤੇ ਬਣਾਈ ਅਸਾਂ ਬੇੜੀ ਨਿਸ਼ਾਨੀ ਸਾਰੇ ਜੱਗ ਵਾਸਤੇ ਅਤੇ ਇਬਰਾਹੀਮ ਨੂੰ ਜਦ ਆਖਿਓ ਸੋ ਆਪਣੀ ਕੌਮ ਨੂੰ ਪੂਜੋ ਅੱਲਾ ਨੂੰ ਅਤੇ ਡਰੋ ਉਸ ਤੋਂ ਇਹੋ ਜਿਹੇ ਚੰਗਾ ਤੁਸਾਂ ਲਈ ਜੇ ਤੁਸੀਂ ਜਾਣਦੇ ਹੋ ਤੁਸੀਂ ਪੂਜਦੇ ਹੋ ਸਿਵਾ ਅੱਲਾ ਦੇ ਨੇਰਾ ਬੁੱਤਾਂ ਨੂੰ ਅਤੇ ਕਰ ਲੈਂਦੇ ਹੋ ਕੜਤੱਲੀ ਗੱਲਾਂ ਜਿਨ੍ਹਾਂ ਨੂੰ ਪੂਜਦੇ ਹੋ ਸਿਵਾ ਅੱਲਾ ਦੇ ਜ਼ਰੂਰ ਇਖਤਿਆਰ ਨਹੀਂ ਰੱਖਦੇ ਤੁਸਾਂ ਦੀ ਰੋਜ਼ੀ ਦਾ ਸੋ ਢੂੰਡੋ ਅੱਲਾ ਕੋਲੋਂ ਰਿਜ਼ਕ ਅਤੇ ਪੂਜੋ ਉਹਨੂੰ ਅਤੇ ਸ਼ੁਕਰ ਕਰੋ ਉਹਦਾ ਅਤੇ ਉਸੇ ਹੀ ਵੱਲ ਮੋੜੇ ਜਾਓਗੇ ਅਤੇ ਜੇ ਝੁਠਲਾਓਗੇ ਤਾਂ ਝੁਠਲਾ ਚੁੱਕੀਆਂ ਨੇ ਕਈ ਉਮਤਾਂ ਪਹਿਲੇ ਤੁਸਾਂ ਦੇ ਅਤੇ ਨਹੀਂ ਪੈਗੰਬਰ ਦੇ ਸਿਰ ਪਰ ਪੈਗਾਮ ਪਹੁੰਚਾ ਦੇਣਾ ਸਾਫ਼ ਬਿਆਨ ਕਰਕੇ ਭਲਾ ਤਾਂ ਵੇਖਿਆ ਨਹੀਂ ਨੇ ਕੀਕਰ ਪਹਿਲੇ ਪੈਦਾ ਕਰਦਾ ਅੱਲਾ ਖਲਕਤ ਨੂੰ ਫਿਰ ਦੁਹਰਾਏਗਾ ਉਸ ਨੂੰ ਇਹ ਕੰਮ ਅੱਲਾ ਅੱਗੇ ਜ਼ਰੂਰ ਸੌਖਾ ਹੈ ਤੁਸੀਂ ਆਖੋ ਫਿਰੋ ਮੁਲਕ ਵਿੱਚ ਫਿਰ ਵੇਖੋ ਕੀਕਰ ਪਹਿਲੇ ਪੈਦਾ ਕੀਤੀ ਸੋ ਖਲਕਤ ਫਿਰ ਅੱਲਾ ਪੈਦਾ ਕਰੇਗਾ ਦੂਜੀ ਵਾਰੀ ਵੀ ਅੱਲਾ ਦਾ ਜ਼ਰੂਰ ਹਰ ਕਾਸੇ ਉੱਤੇ ਬਸ ਚੱਲਦਾ ਹੈ ਅਜ਼ਾਬ ਕਰੇ ਜਿਸ ਨੂੰ ਚਾਹੇ ਅਤੇ ਮਿਹਰ ਕਰੇ ਜਿਸ ਉੱਤੇ ਚਾਹੇ ਅਤੇ ਉਸੇ ਵੱਲ ਮੋੜੇ ਜਾਓਗੇ ਅਤੇ ਨਹੀਂ ਤੁਸੀਂ ਆਜਸ ਕਰਨ ਜੋਗੇ ਨਾ ਸਕੇ ਜ਼ਮੀਨ ਵਿੱਚ ਅਤੇ ਨਾ ਆਸਮਾਨਾਂ ਵਿੱਚ ਅਤੇ ਨਹੀਂ ਤੁਸਾਂ ਦਾ ਸਵਾਲ ਅੱਲਾ ਦੇ ਕੋਈ ਅਮੈਤੀ ਅਤੇ ਨਾ ਮਦਦਗਾਰ ਅਤੇ ਜਿਨ੍ਹਾਂ ਨਹੀਂ ਮੰਨਿਆ ਗੱਲਾਂ ਅੱਲਾ ਦੀਆਂ ਅਤੇ ਮਿਲਣਾ ਉਹਦਾ ਉਹ ਨਾ ਉਮੀਦ ਹੋਏ ਨੇ ਮੇਰੀ ਮਿਹਰ ਤੋਂ ਅਤੇ ਉਹ ਨੇ ਜਿਨ੍ਹਾਂ ਨੂੰ ਦੁੱਖ ਦੀ ਮਾਰ ਹੈ ਨਹੀਂ ਸੀ ਜਵਾਬ ਇਬਰਾਹੀਮ ਦੀ ਕੌਮ ਦਾ ਪਰ ਇਹੋ ਜੋ ਆਖਿਓ ਨੇ ਖੂਨ ਕਰਦੇ ਹੋ ਇਸ ਦਿਓ ਜਾਂ ਸਾੜ ਦਿਓ ਇਸ ਨੂੰ ਫਿਰ ਬਚਾਇਆ ਉਹਨੂੰ ਅੱਲਾ ਨੇ ਅੱਗ ਤੋਂ ਜ਼ਰੂਰ ਇਸ ਵਿੱਚ ਨੇ ਨਿਸ਼ਾਨੀਆਂ ਲੋਕਾਂ ਵਾਸਤੇ ਜੋ ਮੰਨਦੇ ਨੇ ਅਤੇ ਆਖਿਓ ਸੂ ਤੁਸਾਂ ਪਕੜੇ ਨੇ ਸਵਾ ਅੱਲਾ ਦੇ ਬੁੱਤ ਪੂਜਣੇ ਯਰਾਨਾ ਪਾਉਣ ਲਈ ਆਪੇ ਵੀ ਦੁਨੀਆਂ ਦੇ ਜਿਉਣੇ ਅੰਦਰ ਫਿਰ ਦਿਨ ਕਿਆਮਤ ਦੇ ਫਿਰ ਜਾਣਗੇ ਇੱਕ ਤੁਸਾਂ ਵਿੱਚੋਂ ਇਕਣਾਂ ਤੋਂ ਫਿਰ ਫਟਕਾਰਨਗੇ ਇੱਕ ਤੁਸਾਂ ਵਿੱਚੋਂ ਇਕਣਾਂ ਨੂੰ ਅਤੇ ਟਿਕਾਣਾ ਤੁਸਾਂ ਦਾ ਅੱਗੇ ਅਤੇ ਨਹੀਂ ਤੁਸਾਂ ਦਾ ਕੋਈ ਮਦਦਗਾਰਾਂ ਵਿੱਚੋਂ ਫਿਰ ਮੰਨ ਲਿਆ ਉਹਨੂੰ ਲੂਤ ਨੇ ਅਤੇ ਆਖਿਆ ਇਬਰਾਹੀਮ ਨੇ ਮੈਂ ਜ਼ਰੂਰ ਵਤਨ ਛੱਡਾਂਗਾ ਆਪਣੇ ਰੱਬ ਵੱਲ ਜ਼ਰੂਰ ਉਹ ਹੀ ਜ਼ੋਰਾਵਰ ਹਿਕਮਤ ਵਾਲਾ ਅਤੇ ਬਖਸ਼ਿਆ ਅਸਾਂ ਉਹਨੂੰ ਇਸਾਕ ਅਤੇ ਯਾਕੂਬ ਅਤੇ ਰੱਖੀ ਅਸਾਂ ਉਹਦੀ ਔਲਾਦ ਵਿੱਚ ਪੈਗੰਬਰੀ ਅਤੇ ਕਿਤਾਬ ਅਤੇ ਦਿੱਤੀ ਅਸਾਂ ਉਹਨੂੰ ਮਜ਼ਦੂਰੀ ਦੁਨੀਆਂ ਵਿੱਚ ਅਤੇ ਜ਼ਰੂਰ ਉਹ ਆਖਰਤ ਵਿੱਚ ਭਲਿਆ ਲੋਕਾਂ ਵਿੱਚੋਂ ਹੈ ਅਤੇ ਭੇਜਿਆ ਲੂਤ ਨੂੰ ਜਦ ਆਖਿਓ ਸੋ ਆਪਣੀ ਕੌਮ ਨੂੰ ਜ਼ਰੂਰ ਤੁਸੀਂ ਕਰਦੇ ਹੋ ਬੇਹਯਾਈ ਦਾ ਕੰਮ ਨਹੀਂ ਪਹਿਲ ਕੀਤੀ ਤੁਸਾਂ ਤੋਂ ਇਸ ਦੀ ਕਿਸੇ ਨੇ ਸਾਰੀਆਂ ਜੂਨਾਂ ਵਿੱਚੋਂ ਕਿਉਂ ਤੁਸੀਂ ਆਉਂਦੇ ਹੋ ਮਰਦਾਂ ਕੋਲ
ਤੇ ਵੱਢਦੇ ਹੋ ਰਾਹ ਤੇ ਕਰਦੇ ਹੋ ਆਪਣੀ ਪਰਾ ਯਾਨੀ ਮਜਲਸਾਂ ਵਿੱਚ ਬੁਰਾ ਕੰਮ। ਫਿਰ ਨਹੀਂ ਸੀ ਜਵਾਬ ਉਹਦੀ ਕੌਮ ਦਾ ਭਰੇ ਹੋ ਜੋ ਆਖਿਓ ਨੇ ਲਿਆ ਸਾਂ ਉੱਤੇ ਅਜ਼ਾਬ ਅੱਲਾ ਦਾ ਜੇ ਤੂੰ ਏ ਸੱਚਿਆਂ ਵਿੱਚੋਂ। ਆਖਿਓ ਸੂ ਮੇਰਾ ਰੱਬਾ ਮਦਦ ਕਰ ਮੇਰੀ ਫਸਾਦੀਆਂ ਲੋਕਾਂ ਉੱਤੇ। ਤੇ ਜਦ ਆਏ ਭੇਜੇ ਹੋਏ ਸਾਡੇ ਇਬਰਾਹੀਮ ਕੋਲ ਖੁਸ਼ਖਬਰੀ ਲੈ ਕੇ, ਆਖਿਓ ਨੇ ਅਸਾਂ ਬਰਬਾਦ ਕਰ ਦੇਣੇ ਨੇ ਇਸ ਬਸਤੀ ਵਾਲੇ, ਜ਼ਰੂਰ ਲੋਕ ਇਸ ਦੇ ਹੋ ਰਹੇ ਨੇ ਜ਼ਾਲਿਮ। ਆਖਿਓ ਸੂ ਜ਼ਰੂਰ ਉੱਥੇ ਰਹਿੰਦਾ ਹੈ ਲੂਤ। ਆਖਿਓ ਨੇ ਅਸੀਂ ਜਾਣਦੇ ਹਾਂ ਜਿਹੜਾ ਉੱਥੇ ਰਹਿੰਦਾ, ਅਸੀਂ ਜ਼ਰੂਰ ਬਚਾ ਦਿਆਂਗੇ ਉਹਨੂੰ ਤੇ ਉਹਦੇ ਘਰਦਿਆਂ ਨੂੰ, ਪਰ ਉਹਦੀ ਬੀਵੀ ਨੂੰ ਰਹੇਗੀ ਪਿੱਛੇ ਰਹਿਣ ਵਾਲਿਆਂ ਨਾਲ। ਤੇ ਜਦ ਆਏ ਭੇਜੇ ਹੋਏ ਸਾਡੇ ਲੂਤ ਕੋਲ, ਬੁਰਾ ਲੱਗੋ ਸੂ ਉਹਨਾਂ ਦਾ ਆਉਣਾ ਤੇ ਤੰਗ ਦਿਲ ਹੋਇਆ ਉਹਨਾਂ ਦੇ ਸਬੱਬੋਂ, ਤੇ ਆਖਿਓ ਨੇ ਨਾ ਡਰ ਤੇ ਨਾ ਕੰਮ ਕਰ, ਅਸੀਂ ਬਚਾ ਦਿਆਂਗੇ ਤੈਨੂੰ ਤੇ ਤੇਰੇ ਘਰਦਿਆਂ ਨੂੰ, ਪਰ ਤੇਰੀ ਬੀਵੀ ਨੂੰ ਰਹੇਗੀ ਪਿੱਛੇ ਰਹਿਣ ਵਾਲਿਆਂ ਨਾਲ। ਅਸਾਂ ਉਤਾਰਨਾ ਇਸ ਬਸਤੀ ਵਾਲਿਆਂ ਉੱਤੇ ਬੁਰਾ ਅਜ਼ਾਬ ਅਸਮਾਨੋ, ਉਸ ਸਬੱਬੋਂ ਜੋ ਬੇਫਰਮਾਨੀ ਕਰਦੇ ਰਹੇ ਨੇ। ਤੇ ਜ਼ਰੂਰ ਅਸਾਂ ਰਹਿਣ ਦਿੱਤੀ ਉਸ ਵਿੱਚੋਂ ਨਿਸ਼ਾਨੀ ਖੁੱਲ੍ਹੀ ਖੁੱਲ੍ਹੀ ਲੋਕਾਂ ਵਾਸਤੇ ਜਿਹੜੇ ਅਕਲ ਕਰਦੇ ਨੇ। ਤੇ ਭੇਜਿਆ ਮਦੀਨ ਵਾਲੇ ਭਰਾ ਉਹਨਾਂ ਦੇ ਸ਼ੁਆਇਬ ਨੂੰ, ਫਿਰ ਆਖਿਓ ਸੂ ਇਹ ਮੇਰੀ ਕੌਮ ਪੂਜੋ ਅੱਲਾ ਨੂੰ ਤੇ ਉਮੀਦ ਰੱਖੋ ਦਿਨ ਆਖਰਤ ਦੀ, ਤੇ ਨਾ ਫਿਰ ਉਹ ਜ਼ਮੀਨ ਵਿੱਚ ਫਸਾਦ ਮਚਾਉਂਦੇ। ਫਿਰ ਚੁਠਲਾਇਓ ਨੇ ਉਹਨੂੰ, ਫਿਰ ਫੜਿਆ ਉਹਨਾਂ ਨੂੰ ਪਚਾਲ ਨੇ, ਫਿਰ ਫਜਰ ਨੂੰ ਰਹਿ ਗਏ ਆਪਣੇ ਘਰਾਂ ਵਿੱਚ ਮੂਧੇ ਪਏ ਹੋਏ। ਬਰਬਾਦ ਕਰ ਦਿੱਤਾ ਆਦ ਤੇ ਸਮੂਦ ਨੂੰ, ਤੇ ਨਜ਼ਰ ਆ ਚੁੱਕੇ ਨੇ ਤੁਹਾਨੂੰ ਕੁਝ ਵਸਣ ਦੇ ਥਾਂ ਉਹਨਾਂ ਦੇ, ਤੇ ਸੋਹਣੇ ਕਰ ਵਿਖਾਇਆ ਉਹਨਾਂ ਨੂੰ ਸ਼ੈਤਾਨ ਨੇ ਕਰਤਬ ਉਹਨਾਂ ਦੇ, ਫਿਰ ਰੋਕ ਦਿੱਤਾ ਉਹਨਾਂ ਨੂੰ ਰਾਹ ਤੇ ਹੈ ਸਨ ਉਹ ਹੋਸ਼ ਆਵਾਸ ਵਾਲੇ। ਹਲਾਕ ਕੀਤਾ ਕਾਰੂਨ ਤੇ ਫਿਰਾਉਣ ਤੇ ਹਮਾਨ ਨੂੰ, ਤੇ ਜ਼ਰੂਰ ਆਇਆ ਉਹਨਾਂ ਕੋਲ ਮੂਸਾ ਸਾਫ ਨਿਸ਼ਾਨੀਆਂ ਲੈ ਕੇ, ਫਿਰ ਗਰੂਰ ਕੀਤੋ ਨੇ ਜ਼ਮੀਨ ਵਿੱਚ ਤੇ ਨਹੀਂ ਸਨ ਇੱਥੋਂ ਨਿਕਲਣ ਜਾਣ ਜੋਗੇ। ਫਿਰ ਇੱਕ ਇੱਕ ਨੂੰ ਪਕੜਿਆ ਅਸਾਂ ਬਦਲੇ ਉਸ ਦੇ ਗੁਨਾਹ ਦੇ, ਫਿਰ ਕਿਸੇ ਉੱਤੇ ਉਹਨਾਂ ਵਿੱਚੋਂ ਭੇਜੀ ਅਸਾਂ ਪਥਰਾਊ ਹਨੇਰੀ, ਤੇ ਕਿਸੇ ਨੂੰ ਉਹਨਾਂ ਵਿੱਚੋਂ ਫੜਿਆ ਚੀਕ ਨੇ, ਤੇ ਕਿਸੇ ਨੂੰ ਉਹਨਾਂ ਵਿੱਚੋਂ ਧਸਾ ਦਿੱਤਾ ਅਸਾਂ ਜ਼ਮੀਨ ਵਿੱਚ, ਤੇ ਕਿਸੇ ਨੂੰ ਉਹਨਾਂ ਵਿੱਚੋਂ ਗਰਕ ਕੀਤਾ ਅਸਾਂ, ਤੇ ਅਜਿਹਾ ਨਹੀਂ ਸੀ ਅੱਲਾ ਜੋ ਜ਼ੁਲਮ ਕਰੇ ਉਹਨਾਂ ਉੱਤੇ, ਪਰ ਉਹ ਆਪਣਾ ਹੀ ਬੁਰਾ ਕਰਦੇ ਸਨ। ਹਾਲ ਉਹਨਾਂ ਦਾ ਜਿਨ੍ਹਾਂ ਪਕੜੇ ਨੇ ਸਵਾਹ ਅੱਲਾ ਦੀ ਹਮਾਇਤੀ, ਮੱਕੜੀ ਦੇ ਹਾਲ ਵਾਂਗੂ ਹੈ ਜਿਨ ਬਣਾਇਆ ਘਰ, ਤੇ ਜ਼ਰੂਰ ਸਾਰਿਆਂ ਘਰਾਂ ਵਿੱਚੋਂ ਵਧੇਰਾ ਬੋਧਾ ਮੱਕੜੀ ਦਾ ਘਰ ਹੈ ਜੇ ਕਦੇ ਹੁੰਦੇ ਜਾਣਦੇ। ਅੱਲਾ ਜ਼ਰੂਰ ਜਾਣਦਾ ਹੈ ਜਿਸ ਨੂੰ ਸੱਦਦੇ ਨੇ ਸਵਾਹ ਉਹਦੇ, ਕੋਈ ਚੀਜ਼ ਵੀ ਹੋਵੇ ਤੇ ਉਹ ਹੀ ਹੈ ਜ਼ੋਰਾਵਰ ਹਿਕਮਤ ਵਾਲਾ। ਤੇ ਇਹ ਨੇ ਅਖਾਣ ਜਿਨ੍ਹਾਂ ਦਾ ਅਸੀਂ ਬਿਆਨ ਕਰਦੇ ਹਾਂ ਲੋਕਾਂ ਵਾਸਤੇ, ਤੇ ਨਹੀਂ ਸਮਝਦੇ ਪਰਦਾਨਾ ਲੋਕ। ਪੈਦਾ ਕੀਤੇ ਅੱਲਾ ਨੇ ਆਸਮਾਨ ਤੇ ਜ਼ਮੀਨ ਠੀਕ ਤਦਬੀਰ ਨਾਲ, ਜ਼ਰੂਰ ਇਸ ਵਿੱਚ ਨਿਸ਼ਾਨੀ ਮੰਨਣ ਵਾਲਿਆਂ ਵਾਸਤੇ। ਹਬੀਬ ਪੜ੍ਹੋ ਜੋ ਉਤਰੀ ਹੈ ਤੇਰੇ ਵੱਲ ਕਿਤਾਬ, ਤੇ ਦਰੁਸਤ ਪੜ੍ਹੋ ਨਮਾਜ਼। ਨਮਾਜ਼ ਜ਼ਰੂਰ ਵਰਜਦੀ ਹੈ ਬੇਹਯਾਈ ਤੇ ਬੁਰੇ ਕੰਮੋਂ, ਤੇ ਅੱਲਾ ਦੀ ਯਾਦ ਸਭ ਤੋਂ ਵੱਡੀ ਹੈ, ਤੇ ਅੱਲਾ ਜਾਣਦਾ ਹੈ ਜੋ ਕਰਦੇ ਹੋ। ਨਾ ਝਗੜੋ ਕਿਤਾਬ ਵਾਲਿਆਂ ਨਾਲ, ਪਰ ਉਸ ਤਰ੍ਹਾਂ ਨਾਲ ਜੋ ਸੋਹਣੀ ਹੋਵੇ। ਪਰ ਜਿਹਨਾਂ ਜ਼ੁਲਮ ਕੀਤਾ ਉਹਨਾਂ ਵਿੱਚੋਂ, ਤੇ ਆਖੋ ਅਸਾਂ ਮੰਨਿਆ ਜੋ ਕੁਝ ਉਤਰਿਆ ਸਾਡੇ ਵੱਲ, ਤੇ ਜੋ ਉਤਰਿਆ ਅਸੀਂ ਤੁਸਾਂ ਵੱਲ, ਤੇ ਮਾਬੂਦ ਸਾਡਾ ਤੇ ਮਾਬੂਦ ਤੁਹਾਡਾ ਇੱਕੋ ਹੈ, ਤੇ ਅਸੀਂ ਉਸੇ ਦੇ ਫਰਮਾਂ ਬਰਦਾਰ ਹਾਂ। ਐ ਹਬੀਬ, ਤੇ ਇਸੇ ਤਰ੍ਹਾਂ ਉਤਾਰੀ ਅਸਾਂ ਤੇਰੇ ਵੱਲ ਕਿਤਾਬ, ਸੋ ਜਿਨ੍ਹਾਂ ਨੂੰ ਪਹਿਲੇ ਦਿੱਤੀ ਹੈ ਅਸਾਂ ਕਿਤਾਬ, ਉਹ ਮੰਨਦੇ ਨੇ ਇਸ ਨੂੰ, ਤੇ ਇਹਨਾਂ ਮੁਸ਼ਕਿਲ ਲੋਕਾਂ ਵਿੱਚੋਂ ਵੀ ਕੋਈ ਮੰਨ ਰਹੇ ਨੇ ਇਸ ਨੂੰ, ਤੇ ਨਹੀਂ ਇਨਕਾਰ ਕਰਦੇ ਸਾਡੀਆਂ ਆਇਤਾਂ ਦਾ, ਪਰ ਕਾਫਰ ਬੇਈਮਾਨ। ਹਬੀਬ, ਤੇ ਪੜ੍ਹਦਾ ਨਹੀਂ ਸੀ ਤੂੰ ਪਹਿਲੇ ਇਸ 'ਤੇ ਕੋਈ ਕਿਤਾਬ, ਤੇ ਨਾ ਉਹ ਲਿਖਦਾ ਸੀ ਆਪਣੇ ਸੱਜੇ ਹੱਥ ਨਾਲ, ਨਹੀਂ ਤੇ ਸ਼ੱਕ ਕਰਦੇ ਝੂਠੇ। ਸਗੋਂ ਇਹ ਕੁਰਾਨ ਗੱਲਾਂ ਨੇ ਸਾਫ਼ ਸਾਫ਼ ਸੀਨਿਆਂ ਵਿੱਚ ਉਹਨਾਂ ਦੇ ਜਿਨ੍ਹਾਂ ਨੂੰ ਮਿਲਿਆ ਇਲਮ, ਤੇ ਨਹੀਂ ਇਨਕਾਰ ਕਰਦੇ ਸਾਡੀਆਂ ਆਇਤਾਂ ਦਾ, ਪਰ ਜ਼ਾਲਿਮ। ਤੇ ਆਖਿਓ ਨੇ ਕਿਉਂ ਨਾ ਉਤਰੀਆਂ ਇਸ ਉੱਤੇ ਨਿਸ਼ਾਨੀਆਂ ਇਸ ਦੇ ਰੱਬ ਵੱਲੋਂ। ਤੂੰ ਆਖ ਨਿਸ਼ਾਨੀਆਂ ਨੇ ਨਿਰੀਆਂ ਅੱਲਾ ਕੋਲ, ਤੇ ਮੈਂ ਹਾਂ ਨਿਰਾ ਡਰਾਉਣ ਵਾਲਾ ਸਾਫ਼ ਬਿਆਨ ਕਰਕੇ। ਅੱਲਾ ਤੇ ਇਹ ਬਤੇਰੀ ਨਹੀਂ ਹੈ ਉਹਨਾਂ ਨੂੰ ਜੋ ਅਸਾਂ ਉਤਾਰੀ ਹੈ ਤੇਰੇ ਉੱਤੇ ਕਿਤਾਬ, ਜੋ ਪੜ੍ਹੀ ਜਾਂਦੀ ਹੈ ਉਹਨਾਂ ਅੱਗੇ, ਜ਼ਰੂਰ ਇਸ ਵਿੱਚ ਹੀ ਮਿਹਰ ਅਤੇ ਨਸੀਹਤ ਲੋਕਾਂ ਵਾਸਤੇ ਜਿਹੜੇ ਮੰਨਦੇ ਨੇ। ਹਬੀਬ, ਤੁਸੀਂ ਆਖੋ ਬਤੇਰਾ ਅੱਲਾ ਮੇਰੇ ਵਿੱਚ ਅਤੇ ਤੁਸਾਂ ਵਿੱਚ ਗਵਾਹ, ਜਾਣਦਾ ਹੈ ਜੋ ਕੁਝ ਆਸਮਾਨਾਂ ਅਤੇ ਜ਼ਮੀਨ ਵਿੱਚ, ਅਤੇ ਜਿਨ੍ਹਾਂ ਮੰਨਿਆ ਝੂਠ ਨੂੰ ਅਤੇ ਫਿਰ ਗਏ ਅੱਲਾ ਤੋਂ, ਉਹ ਹੀ ਨੇ ਘਾਟੇ ਵਾਲੇ। ਸ਼ਤਾਬੀ ਮੰਗਦੇ ਨੇ ਤੇ ਇੱਥੋਂ ਅਜ਼ਾਬ, ਅਤੇ ਜੇ ਕਦੇ ਨਾ ਹੁੰਦੀ ਮੁੱਦਤ ਠਹਿਰਾਈ ਹੋਈ ਤਾਂ ਆਉਂਦਾ ਉਹਨਾਂ ਨੂੰ ਅਜ਼ਾਬ, ਤੇ ਜ਼ਰੂਰ ਆਵੇਗਾ ਉਹਨਾਂ ਨੂੰ ਅਚਾਨਕ, ਤੇ ਉਹ ਨਾ ਜਾਣਦੇ ਹੋਣਗੇ। ਸ਼ਿਤਾਬੀ ਮੰਗਦੇ ਨੇ ਤੇ ਇੱਥੋਂ ਅਜ਼ਾਬ, ਤੇ ਦੋਜ਼ਖ ਨੇ ਜ਼ਰੂਰ ਘੇਰ ਲਿਆ ਹੋਇਆ ਹੈ ਬੇਈਮਾਨਾਂ ਨੂੰ। ਜਿਸ ਦਿਨ ਢੱਕ ਲਏਗਾ ਉਹਨਾਂ ਨੂੰ ਅਜ਼ਾਬ ਉਹਨਾਂ ਦੇ ਉਤਲੇ ਵੱਲੋਂ ਅਤੇ ਉਹਨਾਂ ਦੇ ਪੈਰਾਂ ਦੇ ਹੇਠਲੇ ਵੱਲੋਂ, ਤੇ ਅੱਲਾ ਤਾਲਾ ਆਖੇਗਾ, ਜਾਂ ਉਹ ਅਜ਼ਾਬ ਹੀ ਬੋਲੇਗਾ, ਚੱਖੋ ਸਵਾਦ ਉਸ ਦਾ ਜੋ ਕਰਦੇ ਰਹੇ ਸਭ।
اے میرے بندیو جنہاں منیا ہے زمین میری ضرور کھلی ہے سو مینو ہی پوجو ہر کسے نے چکھنی ہے موت پھر ساڈے ہی ول موڑے جاؤ گے تے جنہاں منیا تے کیتیاں پلیائیاں اسی ضرور جگہ دیاں گے انہاں نوں بہشت وچوں اچے چرو کے وگدیاں ہیٹھ انہاں دے نہراں سدا رہن گے اوتھے چنگی ہے مزدوری کماواں دی جنہاں صبر کیتا تے اپنے رب اتے بھروسہ کردے نے تے بتیرے جاندار نے جو نہیں چکی پھر دے روزی اپنی اللہ روزی دیندا انہاں نوں تے تہانوں تے اوہ ہی سندا جاندا تے جے توں پچھے انہاں نوں کن پیدا کیتے نے آسمان تے زمین تے کم لگایا سورج تے چن نوں تاں آکھن گے اللہ نے پھر کدھر پھرے جاندے نے جے اسے اتے بھروسہ نہیں کردے اللہ کوشش کردا ہے رزق دی جدے لی چاہے اپنے بندیاں وچوں تے تنگی کردا ہے جدے لی چاہے اللہ ضرور ہر کاسے دا جانو ہے تے جے تو پچھے انہاں نوں کن اتاریا آسمانوں پانی پھر جوائی اس نال زمین پچھے اس دے مرنے دے تاں آکھن گے اللہ نے تو آکھ سب خوبیاں اللہ ہی وچ نے سگوں بہتے انہاں وچوں عقل نہیں کردے نہیں ہے جیونا دنیا دا پر جی پرچانا تے کھیڈ تے کار آخرت دا ضرور اوہ ہی ہے اصل جیونا جے ہوندے جان دے پھر جد چڑھے بیڑی وچ دعا منگن لگے اللہ تو نیری اسے اتنے نیت رکھ کے پھر جد بچا لیندا انہاں نوں سکے تھاں وال تدوں ہی وہ شریک بنا دے نے تے مکر دے رہن اس تو جو دتا اساں انہاں نوں تے کھا ڈا لین ہن اگوں جانن گے بھلا تے ڈٹھا نہیں نے جو اساں بنایا ہے حرم نوں جگہ امن دی حالانکہ چٹا ماریا جاندا ہے لوکاں نوں انہاں دے چفیروں کیوں پھر جھوٹ نوں مندے نے تے اللہ دا احسان نہیں مندے تے اس نالوں ودھیرا ظالم کون ہے جن جوڑیا اللہ اتے جھوٹ یا چٹھلایا سچ نوں جد پہنچیا اس نوں بھلا نہیں ہے دوزخ وچ ٹکانا بئی مانا دا تے جنہاں محنت کیتی ساڈے واسطے ضرور اسی پا دیاں گے انہاں نوں اپنے راہیں تے اللہ ضرور ہی نال نیکی والیاں دے